ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੇਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਆ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਵੀਰੇ, ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਨਜਾਇਜ਼ 'ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰੂਗਾ ਤਾਂ ਉਸਦੀ ਜਿਹੜੀ ਜਾਣਕਾਰੀ ਹੈ ਉਹ ਬਿਲਕੁਲ ਪੂਰੀ ਦਿਓ ਵੀਰੇ, ਓਰਿਜਿਨਲ ਜਾਣਕਾਰੀ ਦਿਓ, ਅਤੇ ਇੱਕ ਉਹਦੇ ਰੇਟ ਬਾਰੇ ਉਹੀ ਰੇਟ ਰੱਖੋ ਵੀਰੇ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਜ਼ਿਆਦਾ ਰੇਟ ਰੱਖਣ ਵਾਲੇ ਵੀਰ ਦੀ ਐਡ ਆਪਾਂ ਆਪਣੇ ਚੈਨਲ 'ਤੇ ਨਹੀਂ ਕਰਾਂਗੇ। ਥੈਂਕ ਯੂ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। 4 ਗੱਡੀਆਂ ਨੇ ਵੀਰੇ, 1 ਕੰਬਾਈਨ ਹੈ, 1 ਟਰਾਲੀ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ 800 ਗੱਡੀ ਹੈ, ਸਵਿਫਟ ਡਿਜ਼ਾਇਰ ਗੱਡੀ ਹੈ, ਮਹਿੰਦਰਾ ਬਲੈਰੋ ਗੱਡੀ ਹੈ ਅਤੇ 1 ਰਿਟਸ ਗੱਡੀ ਹੈ। ਇਹ 4 ਗੱਡੀਆਂ ਨੇ ਵੀਰੇ। ਅਮਨ ਕੰਬਾਈਨ ਹੈ ਆਪਣੇ ਕੋਲ ਅਤੇ 1 14x7 ਫੁੱਟਾ ਟਰਾਲਾ ਹੈ, ਡਬਲ ਜੈਕ ਵਾਲਾ, ਤਾਰਾ ਸਿੰਘ ਬਿਲਕਾ ਦਾ ਬਣਿਆ ਹੋਇਆ। ਇਹ 6 ਚੀਜ਼ਾਂ ਸੇਲ ਲਈ ਨੇ ਵੀਰੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ ਗੱਡੀ ਬਾਰੇ। ਮਰੂਤੀ 800 ਗੱਡੀ ਹੈ ਵੀਰੇ, 2009 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦਾ ਜਿਹੜਾ ਪੇਂਟ ਹੈ, ਬੰਪਰ ਟੂ ਬੰਪਰ ਸਾਰੀ ਓਰਿਜਿਨਲ ਪੇਂਟ ਗੱਡੀ ਹੈ ਵੀਰੇ। ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਵਧੀਆ ਕੰਡੀਸ਼ਨ ਹੈ। ਹਲਕੇ ਫੁਲਕੇ ਮਾਈਨਰ ਜਿਹੇ ਸਕਰੈਚਸ ਨੇ ਵੀਰੇ, ਬਾਕੀ ਮੇਜਰ ਐਕਸੀਡੈਂਟਲ ਵਗੈਰਾ ਗੱਡੀ ਦਾ ਕੁਝ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 25-30 ਪੈਸੇ ਟਾਇਰ ਨੇ ਵੀਰੇ, ਵਧੀਆ ਸਾਫ਼ ਸੁਥਰੇ ਟਾਇਰ ਪਏ ਨੇ, ਪੂਰੀ ਓਕੇ ਕੰਡੀਸ਼ਨ ਹੈ। ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਨਵੀਂ ਬੈਟਰੀ ਲੱਗੀ ਹੋਈ ਹੈ ਵੀਰੇ ਐਮਰੋਨ ਦੀ, ਬਿਲਕੁਲ ਵਧੀਆ ਕੰਡੀਸ਼ਨ ਹੈ ਗੱਡੀ ਦੀ, ਨੌਨ ਏ ਸੀ ਗੱਡੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਡਮ ਵਗੈਰਾ ਹੋਈ ਹੈ, ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਹੈ। ਇੰਜਨ ਗੇਅਰ ਦੀ ਸਰਵਿਸ ਵਗੈਰਾ ਹੋਈ ਹੈ ਸਾਰੀ, ਫੁੱਲ ਗਰੰਟੀ ਹੈ ਵੀਰੇ। ਹਰਿਆਣਾ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਕੰਪਲੀਟ ਕਰਵਾ ਕੇ ਦੇਣਗੇ ਵੀਰ। ਬਾਕੀ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ। ਟੋਹਾਣਾ ਏਰੀਆ ਵੀਰੇ ਹਰਿਆਣਾ ਦੇ ਵਿੱਚ, ਉੱਥੇ ਇਹ ਗੱਡੀ ਖੜੀ ਹੈ, ਨੀਚੇ ਨੰਬਰ ਤੁਸੀਂ ਦੇਖ ਹੀ ਰਹੇ ਹੋ, ਇਸ ਨੰਬਰ 'ਤੇ ਕਾਲ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਗੱਡੀ ਖਰੀਦ ਸਕਦੇ ਹੋ। ਗੱਡੀ ਦੀ ਕੀਮਤ ਰੱਖੀ ਗਈ ਹੈ 75,000 ਰੁਪਇਆ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਰਿਟਸ ਗੱਡੀ ਦਿਖਾ ਰਹੇ ਹਾਂ, ਮਰੂਤੀ ਰਿਟਸ BDI ਗੱਡੀ ਹੈ ਵੀਰੇ, 2010 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ, ਫਰੰਟ ਵਾਲਾ ਟਾਇਰ ਵੀਰੇ ਬਿਲਕੁਲ ਨਵੇਂ ਨੇ, ਪਿਛਲੇ ਟਾਇਰ 60 ਪੈਸੇ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਿਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰਿਜਿਨਲ ਪੇਂਟ ਹੈ, ਹਲਕੇ ਫੁਲਕੇ ਬੰਪਰ ਉੱਪਰ ਵੀਰੇ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟਲ ਵਗੈਰਾ ਨਹੀਂ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਸਾਰੀ ਓਰਿਜਿਨਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। ਇੰਜਨ ਗੇਅਰ ਦੀ ਸਰਵਿਸ ਵਗੈਰਾ ਹੋਈ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਸਾਰੀ ਪਾਵਰ ਗੱਡੀ ਹੈ ਵੀਰੇ, ਡੀਜ਼ਲ ਵਰਜਨ ਦੇ ਵਿੱਚ, BDI ਮਾਡਲ ਹੈ, ਪੂਰੀ ਓਕੇ ਕੰਡੀਸ਼ਨ ਹੈ। 78,000 ਕਿਲੋਮੀਟਰ ਚੱਲੀ ਹੋਈ ਗੱਡੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਨੇ, ਮੈਟਿੰਗ ਵਗੈਰਾ ਹੋਈ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਸਰਵਿਸ ਵਗੈਰਾ AC ਹੀਟਰ ਦੀ ਹੋਈ ਹੈ ਵੀਰੇ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਦੀ ਕੂਲਿੰਗ ਹੈ, ਕੋਈ ਕਮੀ ਪੇਸ਼ੀ ਨਹੀਂ। ਦਿੱਲੀ ਨੰਬਰ ਗੱਡੀ ਹੈ ਵੀਰੇ, NOC ਵਗੈਰਾ ਵੀਰ ਕਟਵਾ ਕੇ ਦੇਣਗੇ, NOC ਮਿਲ ਜਾਏਗੀ। ਏਰੀਆ ਠਾੜੇ ਮੌੜ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਫਰੀਦਕੋਟ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ 1,80,000 ਰੁਪਇਆ, ਬਾਕੀ ਹਲਕਾ ਫੁਲਕਾ ਮੌਕੇ 'ਤੇ ਲੈਸ ਹੋ ਜਾਊਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਤੁਹਾਨੂੰ 14x7 ਫੁੱਟੀ ਟਰਾਲੀ ਦਿਖਾ ਰਹੇ ਹਾਂ। 14x7 ਫੁੱਟੀ ਟਰਾਲੀ ਹੈ ਵੀਰੇ, ਤਾਰਾ ਸਿੰਘ ਬਿਲਗਾ ਦੀ ਬਣੀ ਹੋਈ, 2011-12 'ਚ ਬਣੀ ਹੋਈ ਟਰਾਲੀ ਹੈ ਵੀਰੇ, ਪੂਰੀ ਹੈਵੀ ਕੁਆਲਿਟੀ ਦੀ, ਡਬਲ ਲਿਫਟ ਪੰਪ ਲੱਗਿਆ ਟਰਾਲੀ ਨੂੰ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ। ਟਰਾਲੀ ਦੇ ਜਿਹੜੇ ਟਾਇਰ ਨੇ, ਡਬਲ ਜੋੜੀ ਟਾਇਰ ਹੈ, 2 ਟਾਇਰ MRF ਦੇ ਨੇ 40 ਪੈਸੇ, 2 ਟਾਇਰ C8 ਦੇ ਨੇ 80 ਪੈਸੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਿਨਲ ਪੱਕੇ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। 5 mm ਦਾ ਫਰਸ਼ ਲੱਗਿਆ ਹੋਇਆ, ਪੂਰੀ ਹੈਵੀ ਕੁਆਲਿਟੀ ਦਾ ਫਰਸ਼ ਹੈ ਵੀਰੇ,
ਕੋਈ ਕਿਤੋਂ ਗਲੀ ਸੜੀ ਨਹੀਂ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਬਿਲਕੁਲ ਸਾਫ਼ ਸੁਥਰਾ ਫਰਸ਼ ਚਾਦਰ ਪਿਆ, ਪੂਰੀ ਓਕੇ ਕੰਡੀਸ਼ਨ ਦੇ ਵਿੱਚ। 10 ਨਟ ਹੀ ਹੱਬ ਹੈ ਵੀਰੇ, ਰੇਲ ਦਾ ਓਰਿਜਨਲ ਧੁਰ ਹੈ, ਚਾਸੀ ਦੇ ਅੰਦਰ ਪਲੇਟਾਂ ਭਰੀਆਂ ਹੋਈਆਂ ਨੇ, ਪੂਰੀ ਹੈਵੀ ਕੁਆਲਿਟੀ ਦੀ ਚਾਸੀ ਹੈ, ਪੂਰੀ ਓਕੇ ਕੰਡੀਸ਼ਨ ਹੈ। ਅਲੋਏ ਵੀ ਲੱਗੇ ਹੋਏ ਨੇ, ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ, ਕੋਈ ਕਿਤੋਂ ਗਲੀ ਸੜੀ ਨਹੀਂ, ਬਾਕੀ ਫਰਸ਼ ਚਾਦਰ ਬਿਲਕੁਲ ਓਕੇ ਹੈ, ਚਾਸੀ ਵਗੈਰਾ ਬਿਲਕੁਲ ਹੈਵੀ ਕੰਡੀਸ਼ਨ ਦੀ ਹੈ ਵੀਰੇ। ਡਬਲ ਲਿਫਟ ਪੰਪ ਲੱਗਿਆ ਹੋਇਆ, ਪੂਰੇ ਹੈਵੀ ਕੁਆਲਿਟੀ ਦੇ ਹੈਵੀ ਡਿਊਟੀ ਲਿਫਟ ਪੰਪ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਚੱਲਦੀ ਹੈ। ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ, ਉੱਥੇ ਟਰਾਲੀ ਖੜੀ ਹੈ, ਟਰਾਲੀ ਦੀ ਕੀਮਤ ਰੱਖੀ ਹੈ 1,65,000 ਰੁਪਇਆ, ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ, ਮਰੂਤੀ ਸਵਿਫਟ ਡਿਜ਼ਾਇਰ ਗੱਡੀ ਹੈ ਵੀਰੇ, 2009 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ, ਡੀਜ਼ਲ ਵਰਜਨ ਦੇ ਵਿੱਚ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਹੈ। ਗੱਡੀ ਦੇ ਜਿਹੜੇ ਟਾਇਰ ਨੇ, ਫਰੰਟ ਵਾਲੇ ਟਾਇਰ 70 ਪੈਸੇ ਨੇ ਵੀਰੇ, ਬੈਕ ਵਾਲੇ ਟਾਇਰ 50 ਪੈਸੇ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀਲਸ ਨੇ, ਪੂਰੀ ਓਕੇ ਕੰਡੀਸ਼ਨ ਹੈ ਗੱਡੀ ਦੀ। ਬੰਪਰ ਟੂ ਬੰਪਰ ਓਰਿਜਨਲ ਪੇਂਟ ਹੈ ਵੀਰੇ, ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟ ਵਗੈਰਾ ਗੱਡੀ ਦੇ ਕੁਝ ਨਹੀਂ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਨੇ ਵੀਰੇ, ਮੈਟਿੰਗ ਵਗੈਰਾ ਹੋਈ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਏਰੀਆ ਮਜੀਠਾ ਏਰੀਆ ਵੀਰਾਂ ਦਾ, ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਇਹ ਗੱਡੀ ਖੜੀ ਹੈ, ਗੱਡੀ ਦੀ ਕੀਮਤ ਰੱਖੀ ਗਈ ਹੈ 2,20,000 ਰੁਪਇਆ, ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਦੇ ਨੂੰ ਮਹਿੰਦਰਾ ਬਲੈਰੋ ਗੱਡੀ ਦਿਖਾ ਰਹੇ ਹਾਂ, ਮਹਿੰਦਰਾ ਬਲੈਰੋ 2008 ਮਾਡਲ ਗੱਡੀ ਹੈ ਵੀਰੇ, ਟਰਬੋ DI ਮਾਡਲ ਹੈ, SLX, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ 60-70 ਪੈਸੇ ਟਾਇਰ ਨੇ ਵੀਰੇ, ਅਲੋਏ ਵੀਲ ਲੱਗੇ ਹੋਏ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀਲਸ ਲੱਗੇ ਨੇ ਵੀਰੇ, ਟੋਪ ਕਲਾਸ ਦੇ, ਪੂਰੀ ਓਕੇ ਕੰਡੀਸ਼ਨ ਹੈ। ਬਾਡੀ ਚਾਸੀ ਦਾ ਪੇਂਟ ਸਾਰਾ ਨਾਲ ਦਾ ਓਰਿਜਨਲ ਪੇਂਟ ਹੈ, ਬੰਪਰ ਟੂ ਬੰਪਰ ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੀ ਓਰਿਜਨਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਸਰਵਿਸ ਵਗੈਰਾ ਗੱਡੀ ਦੀ ਹੋਈ ਹੈ ਸਾਰੀ, ਇੰਜਨ ਗੇਅਰ ਫੁੱਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਵਧੀਆ ਸਮੂਥ ਚੱਲਦੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮਿਊਜ਼ਿਕ ਸਿਸਟਮ, ਏਸੀ ਹੀਟਰ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ, ਵਧੀਆ ਕੂਲਿੰਗ ਹੈ, ਕੋਈ ਕਮੀ ਪੇਸ਼ੀ ਨਹੀਂ, ਪੰਜਾਬ ਨੰਬਰ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਏਰੀਆ ਵੀਰੇ ਨਸ਼ਹਿਰਾ ਪਨੂਆ ਏਰੀਆ ਵੀਰਾਂ ਦਾ, ਜ਼ਿਲ੍ਹਾ ਤਰਨ ਤਾਰਨ, ਉੱਥੇ ਇਹ ਗੱਡੀ ਖੜੀ ਹੈ, ਗੱਡੀ ਦੀ ਕੀਮਤ ਰੱਖੀ ਗਈ 2,70,000 ਰੁਪਇਆ, ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ, ਅਮਨ ਕੰਬਾਈਨ ਹੈ ਵੀਰੇ, 2009 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ, ਅਮਨ 516 ਡੀਲਕਸ ਮਾਡਲ ਹੈ ਵੀਰੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ। ਕੰਬਾਈਨ ਦੇ ਜਿਹੜੇ ਟਾਇਰ ਨੇ, ਵੱਡੇ ਟਾਇਰ ਵੀਰੇ 45 ਪੈਸੇ, ਪਿਛਲੇ ਟਾਇਰ 75 ਪੈਸੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਪੱਕੇ ਟਾਇਰ ਨੇ ਨਾਲ ਦੇ, ਪੂਰੀ ਓਕੇ ਕੰਡੀਸ਼ਨ ਹੈ। ਬਾਡੀ ਚਾਸੀ ਦਾ ਪੇਂਟ ਸਾਰਾ ਏਜੰਸੀ 'ਚੋਂ ਦੁਬਾਰਾ ਪੇਂਟ ਹੈ ਵੀਰੇ, ਬਿਲਕੁਲ ਵਧੀਆ ਓਰਿਜਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਕਿਤੋਂ ਗਲੀ ਸੜੀ ਨਹੀਂ, ਬਾਡੀ ਚਾਸੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਚੱਲਦੀ ਹੈ ਵੀਰੇ, ਪੇਟੀ ਬੰਦ ਇੰਜਨ ਹੈ, ਗੇਅਰ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਚੈੱਕ ਕਰਕੇ ਟੈਸਟ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। ਰਿਪੇਅਰ ਵਗੈਰਾ ਟੋਟਲ ਹੋਈ ਹੈ, ਕੋਈ ਰਿਪੇਅਰ ਦੀ ਜ਼ਰੂਰਤ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ, ਪੰਜਾਬ ਨੰਬਰ ਕੰਬਾਈਨ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੈਸ਼ 'ਤੇ ਆਈ ਹੋਈ ਕੰਬਾਈਨ ਹੈ, ਕੋਈ ਚੱਕਰ ਨਹੀਂ ਵੀਰੇ, ਸਾਰੇ ਪੇਪਰ ਵਗੈਰਾ ਮਾਲਕ ਵੀਰ ਕਰਵਾ ਕੇ ਦੇਣਗੇ। ਏਰੀਆ ਵੀਰੇ ਰੋੜੀ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ, ਉੱਥੇ ਇਹ ਕੰਬਾਈਨ ਖੜੀ ਹੈ, ਕੰਬਾਈਨ ਦੀ ਕੀਮਤ ਰੱਖੀ ਗਈ 6,70,000 ਰੁਪਇਆ, ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਤੇ ਕੰਬਾਈਨ ਖਰੀਦ ਸਕਦੇ ਹੋ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਅਤੇ ਕੰਬਾਈਨ ਖਰੀਦਣ ਵੇਲੇ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ,
ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਵੀਰੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਦੇ ਸਭ ਤੋਂ ਨੋਟੀਫਿਕੇਸ਼ਨ ਪਹਿਲਾਂ ਮਿਲਦੀ ਰਹੇ ਤੁਹਾਨੂੰ ਅਤੇ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਏਗੀ। ਸਾਰੇ ਵੀਰਾਂ ਨੇ ਕਮੈਂਟ ਬਾਕਸ ਦੇ ਵਿੱਚ ਆਪਾਂ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦੇਣੇ ਹੈ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਉਹ ਵੀ ਜ਼ਰੂਰ ਦੱਸੋ, ਤਾਂ ਜੋ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਅਗਲੀ ਲੈ ਕੇ ਆ ਸਕੀਏ। ਸੋ ਇੱਕ ਰਿਕੁਐਸਟ ਹੈ ਆਪਣੀ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਮ ਵਾਲੀ ਮਸ਼ੀਨਰੀ ਸੈਂਡ ਕਰਦਾ ਹੈ ਤਾਂ ਵੀਰੇ ਉਸ ਬਾਰੇ ਜਿਹੜੀ ਤੁਸੀਂ ਜਾਣਕਾਰੀ ਦਿੰਦੇ ਹੋ ਉਹ ਬਿਲਕੁਲ ਅਧੂਰੀ ਦੇ ਦਿੰਦੇ ਹੋ ਵੀਰੇ, ਇਸ ਕਰਕੇ ਚੀਜ਼ ਦੀ ਐਡ ਨਹੀਂ ਹੋ ਪਾਉਂਦੀ। ਪ੍ਰੋਪਰ ਜਾਣਕਾਰੀ ਦਿਆ ਕਰੋ ਵੀਰੇ, ਜਿਹੜੀ ਸਹੀ ਜਾਣਕਾਰੀ ਬਣਦੀ ਹੈ ਤੁਹਾਡੀ ਚੀਜ਼ ਦੀ ਉਹੀ ਦਿਆ ਕਰੋ। ਬਾਕੀ ਵੀਰੇ ਰੇਟ ਬਾਰੇ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਹੈ ਮਾਲਕ ਵੀਰਾਂ ਵੱਲੋਂ ਵੀਰੇ, ਰੇਟ ਚੀਜ਼ਾਂ ਦੇ ਬਹੁਤ ਜ਼ਿਆਦਾ ਮੰਗ ਲਏ ਜਾਂਦੇ ਨੇ ਜਿਸ ਕਰਕੇ ਚੀਜ਼ ਸੇਲ ਨਹੀਂ ਹੋ ਪਾਉਂਦੀ ਅਤੇ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ। ਸੋ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋ ਵੀਰੇ, ਤੁਹਾਡੇ ਦਿੱਤੇ ਹੋਏ ਰੇਟ 'ਤੇ ਆਪਾਂ ਐਡ ਕਰਨੀ ਹੁੰਦੀ ਹੈ। ਸੋ ਉਹੀ ਰੇਟ ਮੰਗੋ ਜਿਹੜਾ ਮਾਰਕੀਟ ਬਿੱਲ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ, ਤਾਂ ਜੋ ਤੁਹਾਡੀ ਚੀਜ਼ ਵੀ ਹੱਥੋਂ ਹੱਥੀ ਸੇਲ ਹੋ ਸਕੇ ਅਤੇ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਚੰਗਾ ਪ੍ਰਭਾਵ ਪੈ ਸਕੇ। ਉਮੀਦ ਕਰਦੇ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋਗੇ ਅਤੇ ਅੱਗੇ ਤੋਂ ਜੋ ਕੋਈ ਮੇਰਾ ਵੀਰ ਐਡ ਕਰਮ ਵਾਲੀ ਮਸ਼ੀਨਰੀ ਸੈਂਡ ਕਰੂਗਾ ਉਹ ਆਪਣੀ ਚੀਜ਼ ਦੀ ਜਿਹੜੀ ਸਹੀ ਜਾਣਕਾਰੀ ਹੈ ਵੀਰੇ ਪ੍ਰੋਪਰ ਓਰਿਜਿਨਲ ਜਾਣਕਾਰੀ ਸੈਂਡ ਕਰੂਗਾ ਅਤੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਰੱਖੂਗਾ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਇੱਕ ਵਾਰੀ ਫਿਰ ਤੋਂ ਦਿਲੋਂ ਧੰਨਵਾਦ ਉਹਨਾਂ ਵੀਰਾਂ ਦਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲ ਪਹੁੰਚਦੀ ਰਹੇ ਅਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਥੈਂਕ ਯੂ ਵੀਰੇ।